ਇਲਿਮਿਨੇਟੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਉਹਨਾਂ ਲੋਕਾਂ ਨੂੰ ਇਕੱਤਰ ਕਰਾਂਗੇ ਜਿਹੜੇ ਆਰਥਿਕ ਸਰੋਤਾਂ ਨੂੰ ਆਪਣੇ ਕਬਜ਼ੇ 'ਚ ਕਰ ਸਕਦੇ ਹਨ ਤੇ ਜਿਹੜਾ ਰੋਸਟਾਈਲਡ ਪਰਿਵਾਰ ਹੈ ਉਹਦੇ ਕੋਲ ਇੰਨੇ ਆਰਥਿਕ ਸਰੋਤ ਨੇ ਕਿ ਉਹ ਹੋਰ ਲੋਕਾਂ ਨੂੰ ਆਪਣੇ ਨਾਲ ਜੋੜ ਵੀ ਸਕਦਾ ਹੈ ਤੇ ਸਰਕਾਰਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਵੀ ਰੱਖਦਾ ਹੈ ਇਸ ਸਾਰੇ ਸੰਸਾਰ ਨੂੰ ਬੇਸ਼ੱਕ ਉਹ ਜ਼ਮੀਨਾਂ ਦੇ ਉੱਪਰ ਸਰਕਾਰ ਬਣਾ ਕੇ ਕਬਜ਼ਾ ਨਹੀਂ ਕਰਨਾ ਚਾਹੁੰਦੇ ਪਰ ਆਰਥਿਕ ਤੌਰ ਤੇ ਉਹ ਚਾਹੁੰਦੇ ਨੇ ਕਿ ਜਿਹੜੀ ਵੀ ਸਰਕਾਰ ਬਣੇ ਉਹ ਉਹਨਾਂ ਦੇ ਅਧੀਨ ਹੋਵੇ। ਬਹੁਤ ਹੀ ਸਤਿਕਾਰਯੋਗ ਹਾਜ਼ਰੀਨ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਇੱਕ ਬਹੁਤ ਹੀ ਅੰਵਿਸ਼ੇ ਦੇ ਉੱਪਰ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਲੱਗਾ ਹਾਂ ਉਹ ਵਿਸ਼ਾ ਜਿਸ ਦੇ ਬਾਰੇ ਵਕਵਕ ਵਿਚਾਰਵਾਨਾਂ ਦੇ ਵਕਵਕ ਦਾਣਿਸ਼ਵੰਦਾਂ ਦੇ ਨਜ਼ਰੀਏ ਤੇ ਵਿਚਾਰ ਵੀ ਵਕਵਕ ਨੇ ਕੋਈ ਉਸ ਦੀ ਹੋਂਦ ਨੂੰ ਸਵੀਕਾਰਦਾ ਹੈ ਕੋਈ ਇੱਕ ਮਿਥ ਦੇ ਰੂਪ ਦੇ ਵਿੱਚ ਲੈਂਦਾ ਹੈ ਕੋਈ ਇੱਕ ਸਾਜਿਸ਼ ਕਰਤਾ ਸੰਗਠਨ ਦੇ ਰੂਪ ਦੇ ਵਿੱਚ ਲੈਂਦਾ ਹੈ ਤੇ ਕੋਈ ਇੱਕ ਰਹੱਸਵਾਦੀ ਸ਼ਕਤੀ ਦੇ ਰੂਪ ਦੇ ਵਿੱਚ ਇਸ ਨੂੰ ਪਰਿਭਾਸ਼ਿਤ ਕਰਦਾ ਹੈ ਸੋ ਵਿਸ਼ਾ ਹੈ ਇਲੂਮੀਨਾਟੀ ਹੋਂਦ ਇਸ ਦਾ ਪਿਛੋਕੜ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਅਕਸਰ ਜਦੋਂ ਅਸੀਂ ਅੰਤਰਰਾਸ਼ਟਰੀ ਜਿਹੜੇ ਮੁੱਦੇ ਨੇ ਉਹਨਾਂ ਦੇ ਵਿੱਚ ਜਿਹੜੀ ਅੱਜ ਦੀ ਗੋਲਕਸ ਦਿੱਤੀ ਵਾਤਾਵਰਣ ਉਥੋਂ ਦੀ ਉਪਜ ਜਾਂ ਫਿਰ ਹੋਰ ਵੀ ਕਹਿ ਸਕਦੇ ਹੋ ਕਿ ਕੁਦਰਤੀ ਸਾਧਨਾ ਦੇ ਨਾਲ ਸੰਬੰਧਿਤ ਜਿਹੜਾ ਰਾਜਨੀਤਿਕ ਤ੍ਰਵੀ ਕਰਨ ਹੈ ਜਿਹਦੇ ਬਾਰੇ ਇੱਕ ਬਹੁਤ ਸਾਰਾ ਕਹਿ ਸਕਦੇ ਹੋ ਕਿ بار بار ਸ਼ਬਦ ਸਾਡੇ ਵੱਲੋਂ ਜੀਓ ਪੋਲਿਟਿਕਸ ਵਰਤਿਆ ਜਾਂਦਾ ਉਸ ਜੀਓ ਪੋਲਿਟਿਕਸ ਦੇ ਵਿੱਚ بار بار ਇੱਕ ਗੱਲ ਆਉਂਦੀ ਹੈ ਕਿ ਨਿਊ ਵਰਲਡ ਆਰਡਰ ਤੇ ਜਦੋਂ ਅਸੀਂ ਇਸ ਨਵੇਂ ਵਰਲਡ ਆਰਡਰ ਦੀ ਜਾਂ ਨਵੇਂ ਵਿਸ਼ਵ ਦੀ ਜਾਂ ਨਵੇਂ ਵਿਸ਼ਵੀਕਰਨ ਦੀ ਗੱਲ ਦੇ ਉੱਪਰ ਆਉਂਦੇ ਹਾਂ ਤਾਂ ਫੇਰ ਸਾਡੇ ਸਾਹਮਣੇ ਦੋ ਨਾਂ ਜਿਹੜੇ ਆ ਉਹ ਅਕਸਰ ਬੁਲਾਰਿਆਂ ਦੇ ਬੋਲ ਵਰਤੇ ਜਾਂਦੇ ਨੇ ਇੱਕ ਤਾਂ ਇਲੂਮੀਨੈਟੀ ਇੱਕ ਹਾਊਸ ਆਫ ਰਾਥਚਾਈਲਡ ਵੈਸੇ ਜੇ ਥੋੜਾ ਪਿੱਛੇ ਜਾ ਕੇ ਵੇਖੀਏ ਤਾਂ ਬੋਨਜ਼ ਐਂਡ ਸਕਲ ਦੀ ਗੱਲ ਆਉਂਦੀ ਹੈ ਉਹਦੇ ਤੋਂ ਪਿੱਛੇ ਹੋਰ ਜਾ ਕੇ ਜੇਕਰ ਇਸੇ ਤਰ੍ਹਾਂ ਦੇ ਰਹੱਸਮਾਦੀ ਸੰਗਠਨਾਂ ਦੀ ਗੱਲ ਕਰੀਏ ਤਾਂ ਉਹਦੇ ਨਾਲ ਫਰੀ ਮੈਸਨ ਸੋਸਾਇਟੀ ਦੀ ਗੱਲ ਵੀ ਆਉਂਦੀ ਹੈ ਪਰ ਖੈਰ ਕਿਤੇ ਨਾ ਕਿਤੇ ਉਸ ਵਿਸ਼ੇ ਦੇ ਉੱਪਰ ਵੀ ਗੱਲ ਕਰਨ ਦੀ ਜਾਂ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰੂੰਗਾ ਅੱਜ ਕੋਸ਼ਿਸ਼ ਕਰੂੰਗਾ ਕਿ ਕੇਵਲ ਤੇ ਕੇਵਲ ਇਸ ਵਿਸ਼ੇ ਨੂੰ ਇਲੂਮੀਨੇਟੀ ਤੱਕ ਹੀ ਸੀਮਤ ਰੱਖਿਆ ਜਾਵੇ ਸੋ ਇਲੂਮੀਨੇਟੀ ਸ਼ਬਦ ਮੂਲ ਰੂਪ ਦੇ ਵਿੱਚ ਲੈਟਿਨ ਭਾਸ਼ਾ ਦਾ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਔਰ ਇਸ ਦਾ ਅਰਥ ਹੈ ਇਨਲਾਈਟਨਮੈਂਟ ਪ੍ਰਕਾਸ਼ਿਤ ਹੋਣਾ ਆਪਣੇ ਆਪ ਨੂੰ ਪ੍ਰਕਾਸ਼ਮਾਨ ਕਰਨਾ ਜਾਂ ਆਪਣੇ ਅੰਦਰ ਗਿਆਨ ਦੇ ਸੋਮੇ ਨੂੰ ਪ੍ਰਗਟ ਕਰਨਾ ਜਦੋਂ ਅਕਸਰ ਅਸੀਂ ਬੁੱਧ ਧਰਮ ਦੇ ਬਾਰੇ ਪੜ੍ਹਦੇ ਹਾਂ ਤਾਂ ਉਦੋਂ ਵੀ ਸਾਡੇ ਸਾਹਮਣੇ ਜਦੋਂ ਬੁੱਧਿਜ਼ਮ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇਨਲਾਈਟਨਮੈਂਟ ਦੀ ਗੱਲ ਹੁੰਦੀ ਹੈ ਕਿ ਬੁੱਧ ਨੇ ਆਪਣੇ ਆਪ ਨੂੰ ਪ੍ਰਕਾਸ਼ਮਾਨ ਕੀਤਾ ਪਰ ਜਦੋਂ ਅਸੀਂ ਇਲੂਮੀਨੇਟਿਸ ਦੀ ਗੱਲ ਕਰਦੇ ਹਾਂ ਇਸ ਇੱਕ ਖਾਸ ਸੰਸਥਾ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕੇਵਲ ਤੇ ਕੇਵਲ ਆਪਣੇ ਆਪ ਨੂੰ ਪ੍ਰਕਾਸ਼ਮਾਨ ਕਰਨ ਤੱਕ ਗੱਲ ਸੀਮਤ ਨਹੀਂ ਹੈ ਇਥੇ ਗੱਲ ਹੈ ਲੋਕਾਂ ਦੇ ਸਮੂਹ ਨੂੰ ਪ੍ਰਕਾਸ਼ਮਾਨ ਕਰਨਾ ਜਾਂ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਸ਼ਹੂਰ ਲੋਕਾਂ ਨੂੰ ਇੱਕ ਮੰਚ ਦੇ ਉੱਪਰ ਇਕੱਤਰ ਕਰਨਾ ਔਰ ਇਹਨਾਂ ਦੇ ਵਿੱਚ ਬਕਾਇਦਾ ਇੱਕ ਕਹਿ ਸਕਦੇ ਹੋ ਕਿ ਦਰਜਾ ਬਦਰਜੀ ਵੀ ਹੈ ਕਿ ਆ ਇੱਕ ਦਰਜੇ ਦੇ ਲੋਕ ਨੇ ਉਸ ਤੋਂ ਬਾਅਦ ਦੂਜੇ ਦਰਜੇ ਨੇ ਤੀਜਾ ਦਰਜਾ ਜਿਹੜਾ ਬਹੁਤ ਉੱਚੇ ਲੋਕਾਂ ਨੂੰ ਜਿਨ੍ਹਾਂ ਨੂੰ ਇਹਨਾਂ ਦੀ ਭਾਸ਼ਾ ਦੇ ਵਿੱਚ ਕਿੰਗ ਵੀ ਕਿਹਾ ਜਾਂਦਾ ਸੋ ਖੈਰ ਗੱਲ ਕਰਦੇ ਦੀ ਸ਼ੁਰੂਆਤ ਦੀ ਇਸ ਦੀ ਜਿਹੜੀ ਸ਼ੁਰੂਆਤ ਹੈ ਉਹ ਜਿਹੜੀ ਉਹ ਮੂਲ ਰੂਪ ਦੇ ਵਿੱਚ ਜਰਮਨ ਦੇ ਵਿੱਚ ਇੱਕ ਜਹੂਦੀ ਨੇ ਕੀਤੀ ਹੈ ਜਿਸ ਦਾ ਨਾਮ ਆ ਐਡਮ ਵੈਸ਼ਪਟ ਸੀਗਾ ਜਿਹੜਾ ਐਡਮ ਵੈਸ਼ਪਟ ਹੈ ਇਹਦਾ ਜਨਮ ਜਹੂਦੀ ਪਰਿਵਾਰ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਇਸ ਨੇ ਈਸਾਈ ਮਤ ਦੀ ਵਿੱਦਿਆ ਜਿਹੜੀ ਯੂਸਟੋ ਗ੍ਰੈਂਡ ਕੀਤੀ ਹੈ ਪਤਾ ਨਹੀਂ ਇਸ ਨੇ ਕਿਉਂਕਿ ਮੈਨੂੰ ਬਹੁਤੇ ਸਰੋਤਾਂ ਦੇ ਵਿੱਚ ਕੋਈ ਖਾਸ ਜ਼ਿਕਰ ਨਹੀਂ ਲੱਭਿਆ ਕਿ ਇਸ ਨੇ ਉਸ ਦੇ ਵਿੱਚ ਕੀ ਘਾਟ ਵੇਖੀ ਕਿ ਯੂਸਫ ਦਾ ਬਿਲਕੁਲ ਵਿਰੋਧੀ ਬਣ ਗਿਆ ਬੇਸ਼ੱਕ ਇਹ ਕੈਥੋਲਿਕ ਇਸਾਈ ਹੀ ਰਿਹਾ ਉਸ ਤੋਂ ਬਾਅਦ ਕੈਥੋਲਿਕ ਪਾਦਰੀ ਵੀ ਬਣਿਆ ਪਰ ਬਾਅਦ ਦੇ ਵਿੱਚ ਇਹ ਇਹ ਜਿਹੜਾ ਫਰਾਂਸ ਦਾ ਇੱਕ ਇਨਕਲਾਬੀ ਕਹਿ ਸਕਦੇ ਹੋ ਕਿ ਦਾਸਨਿਕ ਹੋਇਆ ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਵਾਲਟੇਅਰ ਹੁਣ ਜਦੋਂ ਇਹ ਵਾਲਟੇਅਰ ਦੀ ਅਸੀਂ ਇਹਦੇ ਨਾਲ ਵੇਖਦੇ ਹਾਂ ਕਿ ਇਹ ਵਾਲਟੇਅਰ ਨੂੰ ਆਪਣਾ ਆਦਰਸ਼ ਮੰਨਦਾ ਹੈ ਤੇ ਜਿਹੜਾ ਵਾਲਟੇਅਰ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਚਰਚ ਦੀ ਕਹਿ ਸਕਦੇ ਹੋ ਕਿ ਪ੍ਰਭਾਵ ਹੈ ਜਾਂ ਜਿਹੜਾ ਚਰਚ ਦਾ ਪ੍ਰਭਾਵ ਲੋਕਾਂ ਦੇ ਉੱਪਰ ਆ ਖਾਸ ਕਰਕੇ ਜਿਹੜਾ ਚਰਚ ਦਾ ਪ੍ਰਭਾਵ ਰਾਜਨੀਤਿਕ ਸੱਤਾ ਦੇ ਉੱਪਰ ਹੈ ਜਾਂ ਜਿਹਨੂੰ ਅਸੀਂ ਕਹੀਏ ਕਿ ਧਰਮ ਦਾ ਪ੍ਰਭਾਵ ਜਿਹੜਾ ਰਾਜਸੀ ਸੱਤਾ ਦੇ ਉੱਪਰ ਆ ਉਸਦੇ ਬਿਲਕੁਲ ਖਿਲਾਫ ਹੈ ਉਹ ਕਹਿੰਦਾ ਹੈ ਕਿ ਸਾਨੂੰ ਉਸ ਸਮੇਂ ਦੀ ਉਡੀਕ ਕਰਨੀ ਪਵੇਗੀ ਜਦੋਂ ਚਰਚ ਦੀ ਸੱਤਾ ਖਤਮ ਹੋ ਜਾਵੇ ਲੋਕਾਂ ਦੇ ਵਿੱਚ ਬਿਲਕੁਲ ਬੇਵਿਸ਼ਵਾਸੀ ਫੈਲ ਜਾਵੇ ਉਸ ਤੋਂ ਬਾਅਦ ਲੋਕਾਂ ਦੇ ਉੱਪਰ ਜਿੰਨੇ ਵੀ ਅਤਿਆਚਾਰ ਕੀਤੇ ਜਾ ਸਕਦੇ ਨੇ ਉਹ ਕਰਨੇ ਚਾਹੀਦੇ ਨੇ ਉਦੋਂ ਤੱਕ ਜਦੋਂ ਤੱਕ ਚਰਚ ਨੂੰ ਮੰਨਣ ਵਾਲਾ ਕੋਈ ਨਾਮ ਬਚੇ ਸੋ ਇਹ ਇੱਕ ਸੰਗਠਿਤ ਢਾਂਚਾ ਜਿਹੜਾ ਧਾਰਮਿਕ ਢਾਂਚਾ ਹੈ ਉਹਦੇ ਬਾਰੇ ਜਿਹੜੇ ਨੇ ਵਾਲਟੇਅਰ ਦੇ ਵਿਚਾਰ ਨੇ ਸੋ ਇਹ ਉਹਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਤੇ ਇਹ ਫਿਰ ਇਸ ਐ ਸਕਦੇ ਹੋ ਕਿ ਸਾਰੀ ਵਿਚਾਰਧਾਰਾ ਉੱਪਰ ਹੀ ਆਪਣੀ ਮਾਨਸਿਕਤਾ ਨੂੰ ਕੇਂਦਰਿਤ ਕਰ ਦਿੰਦਾ ਹੈ ਕਿ ਜਿਹੜੀ ਰਾਜਸੀ ਸੱਤਾ ਹੈ ਉਹ ਚਰਚ ਦੀ ਜਿਹੜੀ ਹੈ ਜਦੋਂ ਅਸੀਂ ਚਰਚ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਉਹਨਾਂ ਦੀ ਚੁਣੌਤੀ ਇਸਾਈ ਮਤ ਹੈ ਤਾਂ ਕੁਦਰਤੀ ਹੈ ਕਿ ਉਹ ਚਰਚ ਨੂੰ ਸੰਬੋਧਿਤ ਹੋ ਕੇ ਗੱਲ ਕਰਦੇ ਨੇ ਪਰ ਜੇ ਸਮੁੱਚੇ ਰੂਪ ਵਿੱਚ ਵੇਖਿਆ ਜਾਵੇ ਤਾਂ ਇਹ ਸਾਰੇ ਧਰਮਾਂ ਦੀ ਸੰਗਠਿਤ ਜਿਹੜੀ ਕੌਮੀ ਵਿਚਾਰਧਾਰਾ ਉਕਿੰਦਾ ਕਿ ਉਹ ਰਾਜਨੀਤੀ ਦੇ ਉੱਪਰ ਕਾਬਜ ਨਹੀਂ ਹੋਣੀ ਚਾਹੀਦੀ ਉਸ ਵਾਸਤੇ ਉਹ ਬਹੁਤ ਸਾਰੇ ਯਤਨ ਵੀ ਕਰਦਾ ਹੈ ਇਹ ਜਿਹੜਾ ਐਡਮ ਵੈਸਟਪ ਹੈ ਤੇ ਉਸ ਤੋਂ ਬਾਅਦ ਜਿਹੜਾ ਐਡਮ ਵੈਸ਼ਪਟ ਹੈ ਇਹ ਛੋਟੇ-ਛੋਟੇ ਲੋਕਾਂ ਦੇ ਗਰੁੱਪ ਵੀ ਕਾਇਮ ਕਰਦਾ ਹੈ ਜਿਨ੍ਹਾਂ ਨੂੰ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਪੱਖ ਦੇ ਵਿੱਚ ਜਾਗਰਿਤ ਕਰਦਾ ਹੈ ਕਿ ਜੇ ਤੁਹਾਡਾ ਆਰਥਿਕਤਾ ਦੇ ਉੱਪਰ ਕਬਜਾ ਹੋਵੇ ਤੇ ਜੇ ਤੁਸੀਂ ਆਰਥਿਕ ਸਰੋਤਾਂ ਦੇ ਉੱਪਰ ਜਿਹੜੀ ਅੱਜ ਕੱਲ ਚੱਲਦੀ ਹੈ ਕਾਰਪੋਰੇਟ ਘਰਾਣੇ ਸੰਤੀ ਘਰਾਣੇ ਕਾਰਪੋਰੇਟ ਸੈਕਟਰ ਸਾਰੇ ਦੇ ਉੱਪਰ ਉਹਨਾਂ ਦੀ ਅਜ਼ਾਰੇਦਾਰੀ ਇਹ ਕਹਿੰਦਾ ਕਿ ਜੇਕਰ ਕਾਰਪੋਰੇਟ ਘਰਾਣਿਆਂ ਦੇ ਉੱਪਰ ਇਹ ਜਿਹੜਾ ਐਡਮ ਵੈਸ਼ਫਟ ਇਹ ਮੈਂ ਅਧੀ ਗੱਲ ਕਰ ਰਹੇ ਹਾਂ ਕਹਿੰਦਾ ਕਿ ਜੇਕਰ ਸਾਰੇ ਜਿਹੜੇ ਆਰਥਿਕ ਵਸੀਲੇ ਨੇ ਉਹਨਾਂ ਦੇ ਉੱਪਰ ਕਾਬਜ ਹੋ ਲਿਆ ਜਾਵੇ ਤੇ ਜਿਹੜੀ ਰਾਜਸੀ ਸੱਤਾ ਹੈ ਉਹ ਆਪਣੇ ਆਪ ਹੀ ਤੁਹਾਡੇ ਅਧੀਨ ਆ ਜਾਵੇਗੀ ਔਰ ਇਹ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਿਲਕੁਲ ਠੀਕ ਹੈ ਸੋ ਹੁਣ ਇਹ ਉਸ ਕਹਿ ਸਕਦੇ ਹੋ ਕਿ ਜਿਹੜੀ ਵਾਲਟੇਅਰ ਵਾਲੀ ਵਿਚਾਰਧਾਰਾ ਹੈ ਉਹਦਾ ਪ੍ਰਚਾਰ ਕਰ ਰਿਹਾ ਹੈ। ਔਰ ਇਸ ਦੇ ਪ੍ਰਚਾਰ ਦੇ ਦੌਰਾਨ ਦੂਜੇ ਪਾਸੇ ਹੁਣੀ ਆ ਜਾਈਏ ਹਾਊਸ ਆਫ ਰਾਥ ਚਾਈਲਡ। ਮੈਂ ਇਹਦੀ ਸਾਰੀ ਜਿਹੜੀ ਹੈ ਵਿਸਥਾਰ ਦੇ ਵਿੱਚ ਗੱਲ ਕਿਤੇ ਰਾਥ ਚਾਈਲਡ ਦੀ ਬਾਅਦ ਦੇ ਵਿੱਚ ਸਾਂਝੀ ਕਰੂੰਗਾ ਅੱਜ ਥੋੜੀ ਜੀ ਕਿ ਇਹ ਜਿਹੜੇ ਰਾਥ ਚਾਈਲਡ ਨੇ ਤੇ ਜਿਹੜੇ ਅਲੂਮੀਨਾਰਟੀ ਨੇ ਇਹ ਕਿਵੇਂ ਮਿਲਦੇ ਨੇ ਤੇ ਕਿਵੇਂ ਸਾਰਾ ਕਾਰਜ ਕਰਦੇ ਨੇ। ਵੇਖੋ ਇਹਦੇ ਬਾਰੇ ਜਿਹੜੀ ਇਹਨਾਂ ਦੀ ਮੁਲਾਕਾਤ ਹੈ ਉਹ ਤਾਂ ਵੈਸੇ 1775 ਦੇ ਵਿੱਚ ਹੁੰਦੀ ਹੈ। ਔਰ 1776 ਦੇ ਵਿੱਚ ਜਿਹੜੇ ਅਲੂਮੀਨਾਈਟੀ ਨੇ ਸੁਸਾਇਟੀ ਬਣਾ ਕੇ ਵੱਡੇ ਪੱਧਰ ਦੇ ਉੱਪਰ ਕੰਮ ਕਰਦੇ ਨੇ ਪਰ ਇਹਦੀ ਮੁਲਾਕਾਤ ਦੇ ਪਿੱਛੇ ਇੱਕ ਕਾਰਨ ਜਿਹੜਾ ਹੈ ਉਹਨੂੰ ਸਮਝਣਾ ਬੜਾ ਜ਼ਰੂਰੀ ਹੈ। ਜਰਮਨ ਦੇ ਸ਼ਹਿਰ ਫ੍ਰੈਂਕਫਰਟ ਦੇ ਵਿੱਚ ਤਕਰੀਬਨ ਕਹਿ ਸਕਦੇ ਹੋ ਕਿ 1743 ਦੇ ਵਿੱਚ ਇੱਕ ਜਹੂਦੀ ਜਿਸ ਦਾ ਨਾਮ ਸੀਗਾ ਐਮ ਐਚ ਐਲ ਮੋਸਸ ਬਾਇਰ ਉਹ ਸੁਨਿਆਰੇ ਦਾ ਕੰਮ ਕਰਦਾ ਹੈ। ਔਰ ਉਸ ਦੀ ਦੁਕਾਨ ਦੇ ਬਾਹਰ ਜਿਹੜਾ ਕਹਿ ਸਕਦੇ ਹੋ ਕਿ ਉਹਦਾ ਇੱਕ ਪ੍ਰਤੀਕ ਜਾਂ ਉਹਦਾ ਇੱਕ ਚਿੰਨ ਟੰਗਿਆ ਹੋਇਆ ਹੈ ਉਹ ਲਾਲ ਰੰਗ ਦੀ ਢਾਲ ਔਰ ਇੱਕ ਇਲ ਹੈ। ਲਾਲ ਰੰਗ ਦੀ ਢਾਲ ਨੂੰ ਰੈੱਡ ਸ਼ੀਲਡ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ। ਬਾਅਦ ਦੇ ਵਿੱਚ ਪ੍ਰੋਨਨਸੀਏਸ਼ਨ ਦੇ ਵਿੱਚ ਜਾਂ ਜਰਮਨ ਭਾਸ਼ਾ ਦੇ ਵਿੱਚ ਰਾਥਚਾਈਲਡ ਬਣ ਗਿਆ। ਜਿਸ ਨੂੰ ਅੱਜ ਅਸੀਂ ਰਾਥਚਾਈਲਡ ਕਹਿੰਨੇ ਮੂਲ ਰੂਪ ਦੇ ਵਿੱਚ ਉਸ ਲਾਲ ਢਾਲ ਤੋਂ ਰੈਡ ਸ਼ੀਲਡ ਤੋਂ ਇਹ ਪੈਦਾ ਹੋਇਆ ਸ਼ਬਦ ਹੈ ਔਰ ਇਹਦਾ ਜਿਹੜਾ ਉਸ ਸੁਨਿਆਰੇ ਦਾ ਕੰਮ ਹੈ ਬਹੁਤ ਵਧੀਆ ਹੈ ਇਹ ਵੱਡੇ ਲੋਕਾਂ ਨੂੰ ਕਰਜ਼ਾ ਦਿੰਦਾ ਹੈ ਤੇ ਉਹਨਾਂ ਦੇ ਕੋਲੋਂ ਸੂਤ ਦੇ ਰੂਪ ਦੇ ਵਿੱਚ ਕਮਾਈ ਜਿਹੜੀ ਉਹ ਕਰਦਾ ਹੈ ਇਹਦਾ ਇੱਕ ਬੇਟਾ ਹੈ ਮੇਅਰ ਐਮਿਸ਼ਲ ਵਾਇਰ ਉਹ ਕੁਸ਼ਚਰਤਾ ਬਾਪ ਦੇ ਨਾਲ ਉਸਦੇ ਕੰਮ ਦੇ ਵਿੱਚ ਹਿੱਸਾ ਲੈਂਦਾ ਹੈ ਉਦੇ ਤੋਂ ਬਾਅਦ ਇਹ ਓਪਨ ਹੀਮਰ ਜਿਹੜੇ ਬੈਂਕਦਾਰ ਵਾਲਾ ਪਰਿਵਾਰ ਸੀ ਬੈਂਕਰ ਸੀਗੇ ਉਹਨਾਂ ਦੇ ਨਾਲ ਨੌਕਰੀ ਵਾਸਤੇ ਚਲਾ ਜਾਂਦਾ ਕੁਦਰਤੀ ਸ਼ੁਰੂ ਤੋਂ ਹੀ ਪਰਿਵਾਰ ਜਿਹੜਾ ਵਾ ਉਹ ਕਰਜ਼ੇ ਦੇਣ ਦੇ ਨਾਲ ਜਾਂ ਸੋਨਾ ਗਹਿਣੇ ਰੱਖਣ ਦੇ ਨਾਲ ਐਵੇਂ ਦੇ ਵਪਾਰਕ ਕਿੱਤੇ ਦੇ ਨਾਲ ਜੁੜਿਆ ਹੋਇਆ ਤਾਂ ਇਹ ਬੈਂਕਿੰਗ ਦੇ ਖੇਤਰ ਦੇ ਵਿੱਚ ਬਹੁਤ ਸੋਨਾ ਕੰਮ ਕਰਦਾ ਹੈ ਤੇ ਹੌਲੀ-ਹੌਲੀ ਜਿਹੜਾ ਓਪਨ ਹੀਮਰ ਦਾ ਬੈਂਕਿੰਗ ਕਰਾਣਾ ਇਹ ਉਹਨਾਂ ਦਾ ਹਿੱਸੇਦਾਰ ਬਣ ਜਾਂਦਾ ਹੈ ਉਹਨਾਂ ਦੇ ਨਾਲ ਮੁੜ ਕੇ ਹਿੱਸਾਦਾਰੀ ਜਿਹੜੀ ਆ ਉਹ ਚੰਗੇ ਮੁਨਾਫੇ ਦੇ ਵਿੱਚ ਕੱਢਣ ਤੋਂ ਬਾਅਦ ਇਹ ਦੁਬਾਰਾ ਫਿਰ ਫ੍ਰੈਂਕਫਰਟ ਆ ਜਾਂਦਾ ਹੈ ਤੇ ਫ੍ਰੈਂਕਫਰਟ ਆ ਕੇ ਫਿਰ ਇਹ ਆਪਣੇ ਬਾਪ ਵਾਲਾ ਜਿਹੜਾ ਕੀਤਾ ਉਹ ਸ਼ੁਰੂ ਕਰਦਾ ਹੈ ਪਰ ਹੁਣ ਬਹੁਤ ਵੱਡੇ ਰੂਪ ਦੇ ਵਿੱਚ ਕਰਦਾ ਹੈ ਹੁਣ ਇਹ ਆਮ ਲੋਕਾਂ ਨੂੰ ਕਰਜ਼ਾ ਨਹੀਂ ਦਿੰਦਾ ਬਲਕਿ ਬੈਂਕਾਂ ਨੂੰ ਦਿੰਦਾ ਹੈ ਉਸ ਤੋਂ ਬਾਅਦ ਇਹ ਜਿਹੜਾ ਇੱਕ ਘਰਾਣਾ ਜਿਹੜਾ ਹੈ ਇਹਦੇ ਪਿੱਛੋਂ ਬਾਇਰ ਸ਼ਬਦ ਖਤਮ ਹੋ ਜਾਂਦਾ ਹੈ ਤੇ ਇਹ ਆਪਣੇ ਬਾਪ ਦੀ ਦੁਕਾਨ ਦਾ ਨਾਮ ਜਿਹੜਾ ਰੈਡ ਸ਼ੀਲਡ ਤੋਂ ਰਾਫ ਚਾਈਲਡ ਬਣਦਾ ਹੈ ਇਹ ਨਾਮ ਇਹਦਾ ਸਰਨੇਮ ਬਣ ਜਾਂਦਾ ਹੈ ਭਾਵੇਂ ਕਿ ਜਿਹੜਾ ਉਪਨਾਮ ਹੈ ਜਾਂ ਪਛੋਕੜ ਹੈ ਜਾਂ ਗੋਤਰ ਹੈ ਜੋ ਵੀ ਅਸੀਂ ਕਹਿ ਲਈਏ ਉਸ ਤੋਂ ਬਾਅਦ ਇਹ ਉਹ ਨਾਮ ਆਪਣੇ ਨਾਮ ਦੇ ਨਾਲ ਜੋੜ ਜਾਂਦਾ ਹੈ ਤੇ ਇਹਨਾਂ ਦਾ ਜਿਹੜਾ ਘਰ ਹੈ ਉਹ ਹੈ ਹਾਊਸ ਆਫ ਰਾਫ ਚਾਈਲਡ ਸੋ ਤਕਰੀਬਨ 1775 ਦੇ ਵਿੱਚ ਇਹ ਜਿਹੜਾ ਪ੍ਰੋਫੈਸਰ ਯਹੂਦੀ ਜਿਸਦੇ ਬਾਰੇ ਮੈਂ ਪਹਿਲਾਂ ਗੱਲ ਕੀਤੀ ਹੈ ਜਿਹੜਾ ਐਡਮ ਵੈਸ਼ਪਟ ਸੀਗਾ ਇਹ ਰੌਥ ਚਾਈਲਡ ਪਰਿਵਾਰ ਨੂੰ ਮਿਲਦਾ ਹੈ ਤੇ ਹੁਣ ਇਹ ਦੋ ਗੱਲਾਂ ਜਿਹੜੀਆਂ ਨੇ ਇਹਨਾਂ ਦੋਹਾਂ ਦੀ ਇੱਕ ਦੂਜੇ ਨੂੰ ਲੋੜ ਹੈ ਕਿਉਂਕਿ ਜਿਹੜੇ ਇਲੂਮੀਨਿਟੀ ਨੇ ਇਲੂਮੀਨਿਟੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਉਹਨਾਂ ਲੋਕਾਂ ਨੂੰ ਇਕੱਤਰ ਕਰਾਂਗੇ ਜਿਹੜੇ ਆਰਥਿਕ ਸਰੋਤਾਂ ਨੂੰ ਆਪਣੇ ਕਬਜ਼ੇ 'ਚ ਕਰ ਸਕਦੇ ਨੇ ਤੇ ਜਿਹੜਾ ਰੌਥ ਚਾਈਲਡ ਪਰਿਵਾਰ ਹੈ ਉਹਦੇ ਕੋਲ ਇੰਨੇ ਆਰਥਿਕ ਸਰੋਤ ਨੇ ਕਿ ਉਹ ਹੋਰ ਲੋਕਾਂ ਨੂੰ ਆਪਣੇ ਨਾਲ ਜੋੜ ਵੀ ਸਕਦਾ ਹੈ ਤੇ ਸਰਕਾਰਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਵੀ ਰੱਖਦਾ ਹੈ ਸੋ ਇਹ ਦੋਵੇਂ ਚੀਜ਼ਾਂ ਇਸ ਕਰਕੇ ਜਦੋਂ ਅਸੀਂ ਅੱਜ ਦੇ ਸਮੇਂ ਦੇ ਵਿੱਚ ਜੀਓਪੋਲਿਟਿਕਸ ਦੀ ਗੱਲ ਕਰਦੇ ਆ ਜਾਂ ਨਿਊ ਵਰਲਡ ਆਰਡਰ ਦੀ ਗੱਲ ਕਰਦੇ ਆ ਤਾਂ ਇਸ ਕਰਕੇ ਇਹ ਦੋਵੇਂ ਚੀਜ਼ਾਂ ਕਿਤਾਬਾਂ 'ਚ ਕਿਸੇ ਨਾ ਕਿਸੇ ਰੂਪ 'ਚ ਸਾਡੇ ਸਾਹਮਣੇ ਜਿਹੜੀਆਂ ਨੇ ਉਹ ਇਕੱਠੀਆਂ ਆ ਜਾਂਦੀਆਂ ਨੇ ਉਹ ਇਸੇ ਕਰਕੇ ਆਉਂਦੀਆਂ ਨੇ ਕਿ ਦੋਵਾਂ ਦੀ ਜਿਹੜੀ ਕਾਰਜ ਵਿਧੀ ਹੈ ਉਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਜ਼ਰੂਰ ਜੁੜੀ ਹੋਈ ਹੈ ਹੁਣ ਇਸ ਤੋਂ ਬਾਅਦ ਜਿਹੜੀ ਇਹ ਸਾਰੀ ਹੈ ਇਹਨਾਂ ਦਾ ਆਪਸ 'ਚ ਉਹ ਸਾਰਾ ਕਾਰਜ ਚੱਲਦਾ ਹੈ ਔਰ ਕੁਝ ਸਮੇਂ ਬਾਅਦ ਇਹ ਜਿਹੜੇ ਲਿਮਿਨੈਟੀ ਨੇ ਇਹਨਾਂ ਦੇ ਉੱਪਰ ਪਾਬੰਦੀ ਵੀ ਲੱਗਦੀ ਹੈ ਪਾਬੰਦੀ ਲੱਗਣ ਤੋਂ ਬਾਅਦ ਕਿਤੇ ਨਾ ਕਿਤੇ ਇਹ ਆਪਣੀ ਕਾਰਜਵਿਧੀ ਜਿਹੜੀ ਹੈ ਉਹ ਵੀ ਤਬਦੀਲ ਕਰਦੇ ਨੇ ਪਰ ਜੇਕਰ ਤੁਸੀਂ ਰਾਥ ਚਾਈਲਡ ਤੇ ਇਸ ਕਹਿ ਸਕਦੇ ਹੋ ਕਿ ਗਰੁੱਪ ਦਾ ਕਾਰਜ ਵੇਖੋ ਬੇਸ਼ੱਕ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਇਹਨਾਂ ਨੂੰ ਸੰਸਾਰ ਦੇ ਉੱਪਰ ਵਾਪਰੇ ਬਹੁਤ ਸਾਰੇ ਜਿਹੜੇ ਵਰਤਾਰੇ ਨੇ ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਸਾਜ਼ਿਸ਼ ਕਰਤਾ ਦੇ ਰੂਪ ਦੇ ਵਿੱਚ ਵੀ ਵੇਖਿਆ ਗਿਆ ਹੁਣ ਜਦੋਂ ਇਹਨਾਂ ਦੇ ਉੱਪਰ ਪਾਬੰਦੀ ਲੱਗਦੀ ਹੈ ਉਹਦੇ ਪਿੱਛੇ ਦੋ ਤਿੰਨ ਕਾਰਨਾਂ ਨੂੰ ਸਮਝਣ ਦੀ ਲੋੜ ਹੈ ਪਹਿਲੀ ਗੱਲ ਤੇ ਉਸ ਵੇਲੇ ਇਹ ਜਿਹੜਾ ਚਰਚ ਦੀ ਪ੍ਰਭੂ ਸਤਾ ਹੈ ਉਹਦੇ ਵਾਸਤੇ ਇਹ ਸਭ ਤੋਂ ਵੱਡੀ ਚੁਣੌਤੀ ਨੇ ਸੋ ਉਹਨਾਂ ਦਾ ਇੱਕ ਸੰਗਠਿਤ ਧਾਰਮਿਕ ਢਾਂਚਾ ਇਹ ਚਾਹੁੰਦੇ ਨੇ ਕਿ ਕਿਸ ਕੌਮੀਅਤਾਂ ਦਾ ਸੰਘਰਸ਼ੀ ਤੇ ਧਾਰਮਿਕ ਢਾਂਚਾ ਜਿਹੜਾ ਜਿਸ ਢਾਂਚੇ ਦੇ ਵਿੱਚੋਂ ਸੇਵਾ ਸਮਰਪਣ ਸ਼ਹਾਦਤ ਜਾਂ ਜਿੰਨੇ ਵੀ ਗੁਣ ਜਨਮ ਲੈਂਦੇ ਨੇ ਮਨੁੱਖ ਦੀਆਂ ਨੈਤਿਕ ਕਦਰਾਂ ਕੀਮਤਾਂ ਵਾਲੇ ਇਹ ਕਹਿੰਦੇ ਨੇ ਕਿ ਉਹ ਢਾਂਚਾ ਨਹੀਂ ਰਹਿਣਾ ਚਾਹੀਦਾ ਜੋ ਵੀ ਹੋਣਾ ਚਾਹੀਦਾ ਉਹਦੇ ਵਿੱਚੋਂ ਸਵਾਰਥ ਦੀ ਭਾਵਨਾ ਚਾਹੀਦੀ ਹੈ ਸੈਲਫਿਸ਼ਨੈਸ ਚਾਹੀਦੀ ਹੈ ਕਿ ਕਿਸੇ ਵੀ ਖੇਤਰ ਦੇ ਵਿੱਚੋਂ ਚਾਹੇ ਕੋਈ ਸੇਵਾ ਕਰ ਰਿਹਾ ਹੈ ਉਹਦੇ ਵਿੱਚੋਂ ਆਪ ਨੂੰ ਕੀ ਆ ਰਿਹਾ ਉਹਦੇ ਜੇ ਤੁਸੀਂ ਪ੍ਰੋਫਿਟ ਕੀ ਲੈ ਰਹੇ ਹੋ ਸੋ ਜਿਹੜੀ ਨਿਜਵਾਤ ਤੋਂ ਉੱਪਰ ਉੱਠ ਕੇ ਸੇਵਾ ਸਮਰਪਣ ਇਥੋਂ ਤੱਕ ਕਿ ਇਹ ਇਹਨਾਂ ਦਾ ਜਿਹੜਾ ਨਜ਼ਰੀਆ ਬੇਸ਼ੱਕ ਕਿ ਇਹ ਜਦੋਂ ਆਪਣੇ ਆਪ ਨੂੰ ਪਰਿਭਾਸ਼ਿਤ ਕਰਦੇ ਨੇ ਇਲੂਮੀਨਿਟੀ ਤੇ ਉਹ ਇੰਜ ਪਰਿਭਾਸ਼ਿਤ ਕਰਦੇ ਨੇ ਕਿ ਅਸੀਂ ਧਰਮਾਂ ਦੇ ਵਿੱਚ ਜਿਹੜੇ ਕਰਮਕਾਂਡ ਨੇ ਉਹਨਾਂ ਦੇ ਖਿਲਾਫ ਆ ਪਰ ਦਰਅਸਲ ਜੇਕਰ ਤੁਸੀਂ ਇਹਨਾਂ ਨੂੰ ਸਮੁੱਚੇ ਰੂਪ ਵਿੱਚ ਸਮਝਣ ਦਾ ਚਤਨ ਕਰੋਗੇ ਆ ਇੱਕ ਕੌਮੀਅਤਾਂ ਦੇ ਸੰਗਠਿਤ ਟਾਂਚੇ ਦੇ ਖਿਲਾਫ ਨੇ ਇਸੇ ਕਰਕੇ ਜਿਹੜਾ ਇਸਾਈ ਮਤ ਹੈ ਉਹ ਕਹਿੰਦਾ ਹੈ ਕਿ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਸ਼ੈਤਾਨ ਹੈ ਉਹਦਾ ਇੱਕ ਰੂਪ ਨੇ ਇਸੇ ਕਰਕੇ ਇਹਨਾਂ ਦੇ ਬਾਰੇ ਇਹ ਵੀ ਗੱਲ ਮਸ਼ਹੂਰ ਹੈ ਕਿ ਜਿਹੜਾ ਹੇਬਰੋ ਬਾਈਬਲ ਦੇ ਵਿੱਚ ਲੂਸੀਫਰ ਸ਼ਬਦ ਆਉਂਦਾ ਹੈ ਕਿ ਉਸ ਸ਼ੈਤਾਨੀ ਦੇਵਤੇ ਦੀ ਪੂਜਾ ਕਰਦੇ ਨੇ ਪਰ ਮੈਂ ਇੱਕ ਗੱਲ ਵੀ ਦੱਸ ਦਵਾਂ ਕਿ ਜਿਹੜਾ ਲੂਸੀਫਰ ਹੈ ਜਦੋਂ ਤੁਸੀਂ ਲੂਸੀਫਰਿਜ਼ਮ ਨੂੰ ਪੜੋਗੇ ਤਾਂ ਉਹਦੇ ਵਿੱਚ ਆਵੇਗਾ ਬਿਲਕੁਲ ਤੁਹਾਨੂੰ ਉਤਰਾ ਹੀ ਲੱਗੇਗਾ ਉਹ ਉਹ ਜਿਹੜਾ ਦੇਵਤਾ ਹੈ ਉਹ ਬਿਲਕੁਲ ਤੁਹਾਨੂੰ ਤਬਾਹੀ ਦਾ ਦੇਵਤਾ ਲੱਗੇਗਾ ਜਿਸ ਤਰ੍ਹਾਂ ਕਿ ਹਿੰਦੂਇਜ਼ਮ ਦੇ ਵਿੱਚ ਸ਼ਿਵ ਨੂੰ ਸੰਘਾਰ ਕਰਤਾ ਮੰਨਿਆ ਜਾਂਦਾ ਹੈ ਕਿ ਪੂਜਾ ਵੀ ਕੀਤੀ ਜਾਂਦੀ ਹੈ ਪਰ ਉਹ ਪ੍ਰਹਾਰ ਕਰਤਾ ਵੀ ਆ ਸੰਘਾਰ ਕਰਤਾ ਵੀ ਆ ਇਸੇ ਤਰ੍ਹਾਂ ਜਿਹੜਾ ਲੂਸੀਫਰ ਐ ਲੂਸੀਫਰਿਜ਼ਮ ਨੂੰ ਪੜੋਗੇ ਤਾਂ ਉਹਦੇ ਚ ਆਓਗੇ ਕਿਹੜਾ ਲੂਸੀਫਰ ਐ ਵੈਸੇ ਰੋਮਨ ਦੇ ਵਿੱਚ ਤਾਂ ਇਸ ਨੂੰ ਜਿਹੜੀ ਇੱਕ ਸਵੇਰ ਦੀ ਦੇਵੀ ਅਰੋਰਾ ਹੈ ਉਹਦਾ ਪੁੱਤਰ ਮੰਨਿਆ ਜਾਂਦਾ ਇੱਕ ਤਾਰੇ ਦੇ ਰੂਪ ਚ ਵੇਖਿਆ ਜਾਂਦਾ ਲੂਸੀਫਰ ਨੂੰ ਪਰ ਜੇਕਰ ਸਮੁੱਚਾ ਤੁਸੀਂ ਇਹ ਇਹਦੇ ਬਾਰੇ ਪੜੋਗੇ ਤਾਂ ਇਹ ਇਹਦੇ ਬਾਰੇ ਆਵੇਗਾ ਕਿ ਇਹ ਮਦਦ ਕਰਨ ਵਾਲਾ ਵੀ ਐ ਇਹ ਤਬਾਹੀ ਕਰਨ ਵਾਲਾ ਵੀ ਐ ਇਹ ਸਾਥ ਦੇਣ ਵਾਲਾ ਵੀ ਐ ਤੇ ਇਹਦੇ ਕੋਲ ਬਹੁਤ ਸਾਰੀਆਂ ਕਹਿ ਸਕਦੇ ਹੋ ਕਿ ਗੈਬੀ ਸ਼ਕਤੀਆਂ ਵੀ ਨੇ ਸੋ ਇਹਨੂੰ ਇਸ ਰੂਪ ਦੇ ਵਿੱਚ ਗਿਣਿਆ ਇਹਨੂੰ ਸ਼ੈਤਾਨ ਹੀ ਜਾਂਦਾ ਹੈ ਸੋ ਇਹ ਜਿਹੜੇ ਇਹ ਕਹਿ ਸਕਦੇ ਹੋ ਕਿ ਇਲੂਮੀਨੇਟੀ ਨੇ ਇਹਨਾਂ ਦੇ ਬਾਰੇ ਇਸਾਈ ਮਤ ਨੇ ਕਿਉਂਕਿ ਆਫਟਰ ਆਲ ਉਹਨਾਂ ਦੀ ਜਿਹੜੀ ਧਾਰਮਿਕ ਪ੍ਰਭੂਸਤਾ ਹੈ ਉਹਨੂੰ ਇਹ ਸਭ ਤੋਂ ਵੱਡਾ ਖਤਰਾ ਸੀ ਤੇ ਉਹਨਾਂ ਨੇ ਇਹਨਾਂ ਨੂੰ ਇਸ ਰੂਪ ਦੇ ਵਿੱਚ ਪਰਿਭਾਸ਼ਿਤ ਕੀਤਾ ਕਿ ਇਹ ਸ਼ੈਤਾਨ ਹੈ ਹੁਣ ਇਹ ਖਤਰਾ ਕੇਵਲ ਤੇ ਕੇਵਲ ਇਸਾਈ ਮਤ ਨੂੰ ਨਹੀਂ ਸੀ ਇਹ ਖਤਰਾ ਇਸਲਾਮ ਨੂੰ ਵੀ ਸੀ ਸੋ ਇਸਲਾਮ ਦੇ ਵਿੱਚ ਜਦੋਂ ਗੱਲ ਆਉਂਦੀ ਹੈ ਤਾਂ ਇਸਲਾਮ ਦੇ ਵਿੱਚ ਜਿਹੜਾ ਕਹਿ ਸਕਦੇ ਹੋ ਕਿ ਪਦਾਰਥਵਾਦ ਦਾ ਜਿਹੜਾ ਵਿਚਾਰਧਾਰਕ ਪੱਖ ਹੈ ਉਹ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਅਸੀਂ ਕਹਿੰਦੇ ਕਿ ਅੰਜਨ ਮਾਹੇ ਨਰੰਜਨ ਮਾਇਆ ਦੇ ਵਿੱਚ ਰਹਿੰਦਿਆਂ ਵੀ ਮਾਇਆ ਤੋਂ ਨਰਲੇਪ ਰਹਿਣਾ ਪਰ ਉਹ ਵੀ ਇਸਲਾਮ ਇਹਨੂੰ ਇਸ ਤਰ੍ਹਾਂ ਪਰਭਾਸ਼ਿਤ ਕਰਦਾ ਹੈ ਤੇ ਉਹਦੇ ਵਿੱਚ ਪਰਭਾਸ਼ਿਤ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਪਦਾਰਥਵਾਦ ਇੱਕ ਸਮੁੰਦਰ ਹੈ ਜਿਸ ਦੇ ਵਿੱਚ ਜਿਹੜੀ ਕਿਸ਼ਤੀ ਚੱਲਦੀ ਹੈ ਸੰਸਾਰ ਦੀ ਪਰ ਉਸ ਚ ਡੁੱਬਣਾ ਨਹੀਂ ਹੈ ਸੋ ਉਸ ਤੋਂ ਬਿਨਾ ਤੁਸੀਂ ਚੱਲ ਨਹੀਂ ਸਕਦੇ ਕਿਉਂਕਿ ਪਾਣੀ ਤੋਂ ਬਿਨਾ ਕਿਸ਼ਤੀ ਚੱਲ ਨਹੀਂ ਸਕਦੀ ਪਰ ਉਹਦੇ ਵਿੱਚ ਡੁੱਬਣਾ ਨਹੀਂ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਸਾਬਣੇ ਸਿੱਖਾਂ ਦੇ ਸਰੋਤਾਂ ਨੂੰ ਪੜ੍ਹੋ ਤਾਂ ਉਹਦੇ ਵਿੱਚ ਹੈ ਕਿ ਤੁਸੀਂ ਮਾਇਆ ਗੁਜਰਾਨ ਹੈ ਪਰ ਮਾਇਆ ਦੇ ਵਿੱਚ ਗਲਤਾਨ ਨਹੀਂ ਹੋ ਜਾਣਾ ਇਹ ਪੱਖ ਤਕਰੀਬਨ ਸਾਰੇ ਧਰਮਾਂ ਦਾ ਜਿੰਨੇ ਵੀ ਧਰਮ ਰੋਹਾਨੀਅਤ ਦੇ ਦਾਇਰੇ ਦੇ ਵਿੱਚ ਮਨੁੱਖ ਨੂੰ ਚੰਗੀ ਨੈਤਿਕ ਜੀਵਨ ਜਾਚ ਦਿੰਦੇ ਨੇ ਤਕਰੀਬਨ ਉਹਨਾਂ ਦਾ ਇੱਕੋ ਜਿਹਾ ਹੈ ਪਰ ਇਹ ਕਹਿੰਦੇ ਨੇ ਕਿ ਨਹੀਂ ਸਭ ਕੁਝ ਹੀ ਮਾਇਆ ਹੈ ਇਸੇ ਕਰਕੇ ਫਿਰ ਇਹ ਕਹਿੰਦੇ ਨੇ ਕਿ ਮਾਇਆ ਦਾ ਪ੍ਰਭਾਵ ਸਿਰਜਣ ਵਾਸਤੇ ਤੇ ਮਾਇਆ ਦੇ ਸਾਰੇ ਸਰੋਤਾਂ ਦੇ ਉੱਪਰ ਕਾਬਜ ਦੇ ਹੋਣ ਦੇ ਵਾਸਤੇ ਤੁਹਾਨੂੰ ਜਿਹੜੇ ਵੀ ਹੱਥ ਕੰਡੇ ਵਰਤਣੇ ਪੈਂਦੇ ਨੇ ਉਹ ਵਰਤੇ ਜਾਣ ਇਥੋਂ ਤੱਕ ਕਿ ਫਰਾਂਸੀਸੀ ਜਿਹੜਾ ਇਨਕਲਾਬ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਦਾ ਨਾਮ ਆਉਂਦਾ ਹੈ ਜਿਹੜੀ ਅਸੀਂ ਫ੍ਰਾਂਸੀਸੀ ਕ੍ਰਾਂਤੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ ਕੁਝ ਸਰੋਤਾਂ ਵਿੱਚ ਚਾਹੁੰਦਾ ਹੈ ਕਿ ਕਿਤੇ ਨਾ ਕਿਤੇ ਪਿੱਛੇ ਇਹ ਵੀ ਹੈਗੇ ਸੀ ਕਿਉਂਕਿ ਉਹਦੇ ਵਿੱਚ ਵੀ ਜਿਹੜੀ ਚਰਚ ਦੀ ਧਾਰਮਿਕ ਪ੍ਰਭੂਸਤਾ ਹੈ ਉਹ ਖਤਮ ਹੋ ਰਹੀ ਸੀ ਭਾਵੇਂ ਕਿ ਉਹਦੇ ਵਿੱਚ ਬਹੁਤ ਸਾਰੇ ਉਸ ਸਮੇਂ ਦੇ ਧਾਰਮਿਕ ਆਗੂ ਜਿਹੜੇ ਨੇ ਉਹਨਾਂ ਦੇ ਪਰਜਾ ਦੇ ਉੱਪਰ ਕੀਤੇ ਜਾਂਦੇ ਜਿਹੜੇ ਆਰਥਿਕ ਤੇ ਸਰੀਰਕ ਤੇ ਸਮਾਜਿਕ ਸੋਸ਼ਣ ਸੀ ਉਹ ਵੀ ਬਹੁਤ ਵੱਡੇ ਪੱਧਰ ਤੇ ਜ਼ਿੰਮੇਵਾਰ ਸੀ ਪਰ ਇਹਨਾਂ ਦੇ ਵਾਸਤੇ ਉਹ ਇੱਕ ਵਧੀਆ ਮੌਕਾ ਸੀ ਇਸੇ ਤਰ੍ਹਾਂ ਜੇਕਰ ਅਸੀਂ ਰਾਫਚਾਰਡ ਘਰਾਣੇ ਦੀ ਗੱਲ ਕਰਾਂਗੇ ਬੇਸ਼ੱਕ ਕਿ ਮੈਂ ਉਹਦੇ ਬਾਰੇ ਵਿਸਥਾਰ ਨਾਲ ਇਹ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗਾ ਪਰ ਪਹਿਲੀ ਸੰਸਾਰ ਜੰਗ ਦੂਜੀ ਸੰਸਾਰ ਜੰਗੇ ਮਤਲਬ ਕਿ ਉਹਨਾਂ ਸਾਰਿਆਂ ਦੇ ਵਿੱਚ ਉਹ ਕਿਸ ਤਰ੍ਹਾਂ ਦੇ ਨਾਲ ਭੂਮਿਕਾ ਨਿਭਾਉਂਦੇ ਨੇ ਦੋਹਾਂ ਪੱਖਾਂ ਨੂੰ ਕਿਸ ਤਰ੍ਹਾਂ ਕਰਜ਼ੇ ਦਿੰਦੇ ਨੇ ਕਿਸ ਤਰ੍ਹਾਂ ਦੇ ਨਾਲ ਉਹ ਹਥਿਆਰਾਂ ਦੀ ਖਰੀਦੋ-ਫਰੋਕਤ ਕਰਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਤੁਹਾਨੂੰ ਇਹ ਪਤਾ ਲੱਗੇਗਾ ਕਿ ਇੱਕ ਜਿਹੜੇ ਕੁਝ ਲੋਕ ਨੇ ਇਹ ਸਾਰੇ ਸੰਸਾਰ ਨੂੰ ਬੇਸ਼ੱਕ ਉਹ ਜ਼ਮੀਨਾਂ ਦੇ ਉੱਪਰ ਸਰਕਾਰ ਬਣਾ ਕੇ ਕਬਜ਼ਾ ਨਹੀਂ ਕਰਨਾ ਚਾਹੁੰਦੇ ਪਰ ਆਰਥਿਕ ਤੌਰ ਤੇ ਉਹ ਚਾਹੁੰਦੇ ਨੇ ਕਿ ਜਿਹੜੀ ਵੀ ਸਰਕਾਰ ਬਣੇ ਉਹ ਉਹਨਾਂ ਦੇ ਅਧੀਨ ਹੋਵੇ ਉਹ ਲੋਕੀ ਉਹਨਾਂ ਖਿੱਤਿਆਂ ਦੇ ਵਿੱਚ ਰਾਜ ਕਰ ਸਕਣ ਜਿਹੜੇ ਲੋਕ ਆਰਥਿਕ ਤੌਰ ਤੇ ਸਾਡੇ ਗੁਲਾਮ ਹੋਣ ਹੁਣ ਜਿਸ ਤਰ੍ਹਾਂ ਦੇ ਨਾਲ ਇਹ ਇਲੂਮੀਨਿਟੀ ਕੰਮ ਕਰਦੇ ਨੇ ਉਹ ਸੈਲੀਬ੍ਰਿਟੀ ਤੋਂ ਲੈ ਕੇ ਸਿਨਮੇ ਤੋਂ ਲੈ ਕੇ ਕਾਰਪੋਰੇਟ ਸੈਕਟਰ ਤੋਂ ਲੈ ਕੇ ਸੰਨਤਕਾਰਾਂ ਤੋਂ ਲੈ ਕੇ ਉਹ ਹਰ ਅਮੀਰ ਨੂੰ ਜਾਂ ਕਹਿ ਸਕਦੇ ਹੋ ਕਿ ਜਿੱਥੇ ਵੀ ਮਾਇਆ ਦਾ ਪਦਾਰਥਵਾਦੀ ਪ੍ਰਭਾਵ ਸਿਰਜਿਆ ਜਾ ਸਕਦਾ ਹੈ ਉਹ ਉਹਨਾਂ ਨੂੰ ਇਕੱਤਰ ਕਰਦੇ ਨੇ ਹੁਣ ਇਸੇ ਕਰਕੇ ਇਸਲਾਮ ਦੇ ਵਿੱਚ ਇੱਕ ਗੱਲ ਬੜੀ ਅਹਿਮ ਆਉਂਦੀ ਹੈ ਉਹ ਹੈ ਕਿ ਇਹ ਦਜਾਲ ਦਾ ਰੂਪ ਹੈ ਉਹ ਜਿਹੜੇ ਇਲੂਮੀਨਟੀ ਨੇ ਉਹਨਾਂ ਨੂੰ ਦਜਾਲ ਦੇ ਰੂਪ ਤੇ ਵੇਖਦੇ ਨੇ ਹੁਣ ਜਿਹੜਾ ਦਜਾਲ ਹੈ ਉਹ ਜਿਹੜੀ ਇਸਲਾਮਿਕ ਪਰੰਪਰਾਇ ਜਾਂ ਉਹਨਾਂ ਦੀਆਂ ਰਵਾਇਤਾਂ ਹੈ ਉਹਨਾਂ ਦੇ ਵਿੱਚ ਕਹਿ ਸਕਦੇ ਹੋ ਕਿ ਇੱਕ ਝੂਠ ਦਾ ਮਸੀਹਾ ਹੈ ਜਿਹੜਾ ਬਹੁਤ ਤਰ੍ਹਾਂ ਦੇ ਨਾਲ ਮਨੁੱਖ ਨੂੰ ਪਦਾਰਥਵਾਦ ਦੇ ਬਾਰੇ ਪ੍ਰਭਾਵਿਤ ਕਰਦਾ ਤੇ ਉਹਦੀ ਇੱਕ ਅੱਖ ਹੈ ਹੁਣ ਜਿਹੜੇ ਇਲੂਮੀਨੇਟੀ ਨੇ ਇਹਨਾਂ ਨੂੰ ਉਹਦੇ ਨਾਲ ਜੋੜਨਾ ਹੋਰ ਸੌਖਾ ਹੋ ਜਾਂਦਾ ਹੈ ਦਜਾਲ ਦੇ ਨਾਲ ਜਿਸ ਤਰ੍ਹਾਂ ਇਸਲਾਮਿਕ ਸਕਾਲਰ ਜਿਹੜੇ ਨੇ ਉਹ ਜੋੜਦੇ ਨੇ ਪਰ ਉਹਨਾਂ ਨਾਲ ਇਹ ਵੀ ਕਹਿੰਦੇ ਨੇ ਕਿ ਜੇ ਤੁਸੀਂ ਆਪਣੇ ਈਮਾਨ ਦੇ ਵਿੱਚ ਪੱਕੇ ਹੋ ਤੇ ਫਿਰ ਇਹਦਾ ਪ੍ਰਭਾਵ ਤੁਹਾਨੂੰ ਅਸਰ ਅੰਦਾਜ਼ ਨਹੀਂ ਕਰਦਾ ਉਹ ਇਸ ਕਰਕੇ ਜੋੜਦੇ ਨੇ ਕਿਉਂਕਿ ਇਹਨਾਂ ਦੀ ਜਿਹੜੀ ਹੈਗੀ ਆ ਪਹਿਲਾ ਸੰਕੇਤ ਜਾਂ ਜਿਹੜਾ ਪਹਿਲਾ ਚਿੰਨ ਸੀ ਉਹ ਇੱਕ ਅੱਖ ਸੀਗਾ ਤੇ ਉਸ ਇੱਕ ਅੱਖ ਦੇ ਬਾਰੇ ਕਹਿੰਦੇ ਸੀ ਉਹ ਨਜ਼ਰ ਪ੍ਰਮਾਤਮਾ ਦੀ ਜੋ ਸਾਰਿਆਂ ਨੂੰ ਵੇਖਦੀ ਹੈ ਸੋ ਇਹਨਾਂ ਨੇ ਇਹ ਵੀ ਪ੍ਰਭਾਵ ਸਿਰਜਿਆ ਕਿ ਅਸੀਂ ਸਾਰੇ ਸਮਾਜ ਦੇ ਵਿੱਚ ਜਿਹੜੇ ਕੌਮੀਅਤ ਦੇ ਕਹਿ ਸਕਦੇ ਹੋ ਕਿ ਜਿਹੜੇ ਹੈਗੇ ਨੇ ਕੌਮੀਅਤ ਦੇ ਸੰਗਠਨ ਢਾਂਚੇ ਉਹਨਾਂ ਨੂੰ ਖਤਮ ਕਰਕੇ ਇੱਕ ਨਵੇਂ ਸਮਾਜ ਦੀ ਸਿਰਜਣਾ ਚਾਹੁੰਦੇ ਜਿਸ ਨੂੰ ਨਿਊ ਵਰਡ ਆਰਡਰ ਦੀ ਜਿਹੜਾ ਉਹ ਨਾਮ ਜਿਹੜਾ ਉਹ ਦਿੱਤਾ ਜਾਂਦਾ ਹੈ ਇਸ ਕਰਕੇ ਜਿਹੜੀ ਇਸਲਾਮਿਕ ਪਰੰਪਰਾ ਹੈ ਉਹਦੇ ਵਿੱਚ ਜਿਸ ਨੂੰ ਕਹਿ ਸਕਦੇ ਕਿ ਝੂਠ ਦਾ ਅ ਭਾਵੇਂ ਕਹਿ ਸਕਦੇ ਹੋ ਮਸੀਹਾ ਜਾਂ ਸ਼ੈਤਾਨ ਦਾ ਇੱਕ ਸਾਥੀ ਮੰਨਿਆ ਜਾਂਦਾ ਦਜਾਲ ਤੇ ਉਹਦੇ ਬਾਰੇ ਵੀ ਕਿਹਾ ਜਾਂਦਾ ਕਿ ਦਜਾਲ ਦੀ ਵੀ ਇੱਕ ਅੱਖ ਹੈ ਇਸ ਕਰਕੇ ਇਸਲਾਮ ਨੂੰ ਇਹ ਜਿਹੜੀ ਪਰੰਪਰਾਵਾਂ ਨੇ ਜਿਹੜੀਆਂ ਪਦਾਰਥਵਾਦੀ ਅਲੂਮਿਨੇਟੀ ਦੀਆਂ ਜਿਹੜੀਆਂ ਪਰੰਪਰਾਵਾਂ ਅੱਜ ਸਮਾਜ 'ਚ ਦਿਖ ਰਹੀਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਕਿਤਨਾ ਕਿਤੇ ਇਹ ਦਜਾਲ ਜਿਹੜਾ ਮਨੁੱਖ ਨੂੰ ਪਦਾਰਥਵਾਦ ਦੇ ਆਧਾਰੇ ਦੇ ਵਿੱਚ ਇੰਨਾ ਜ਼ਿਆਦਾ ਗਲਤਾਨ ਕਰ ਦਿੰਦਾ ਹੈ ਕਿ ਉਹਦੀਆਂ ਨੈਤਿਕ ਕਦਰਾਂ ਕੀਮਤਾਂ ਖਤਮ ਹੋ ਜਾਂਦੀਆਂ ਨੇ ਉਹ ਇਸ ਨੂੰ ਦਜਾਲ ਦੇ ਰੂਪ ਦੇ ਵਿੱਚ ਵੇਖਦੇ ਨੇ ਪਰ ਹੁਣ ਦੂਜੀ ਗੱਲ ਇੱਕ ਹੋਰ ਜਿਹੜੀ ਸਭ ਤੋਂ ਅਹਿਮ ਹੈ ਉਹ ਅਹਿਮ ਗੱਲ ਇਹ ਹੈ ਕਿ ਇਹਨਾਂ ਵੱਲੋਂ ਤੁਸੀਂ ਬਹੁਤ ਸਾਰੀਆਂ ਜੇ ਤੁਸੀਂ ਅਖਬਾਰਾਂ ਦੇ ਵਿੱਚ ਪੜ੍ਹੋ ਇੰਟਰਨੈਟ ਦੇ ਉੱਪਰ ਸਰਚ ਕਰਦੇ ਹੋ ਤੇ ਤੁਹਾਨੂੰ ਇੰਜ ਦੇਖੇਗਾ ਕਿ ਬਹੁਤ ਸਾਰੇ ਵੱਡੇ ਵਪਾਰਕ ਘਰਾਣੇ ਇਹਨਾਂ ਦੇ ਨਾਲ ਜੁੜੇ ਨਜ਼ਰ ਆਉਣਗੇ ਤੁਹਾਨੂੰ ਬਹੁਤ ਸਾਰੇ ਸੈਲੀਬ੍ਰਿਟੀ ਉਹ ਚਾਹੇ ਮੈਂ ਕਹਿਣਾ ਹੈ ਕਿ ਮਡੋਨਾ ਤੋਂ ਲੈ ਕੇ ਰਹਿਾਨਾ ਤੱਕ ਤੁਹਾਨੂੰ ਸਾਰਿਆਂ ਦੀ ਕਿਤੇ ਨਾ ਕਿਤੇ ਇੱਕ ਨਾ ਇੱਕ ਐਵੇਂ ਦੀ ਕਹਾਣੀ ਮਿਲ ਜਾਵੇਗੀ ਕਿ ਉਹ ਸਾਰੇ ਇਲੂਮਿਨਿਟੀ ਜਿਹੜੀ ਸੋਸਾਇਟੀ ਹੈ ਉਹਨੂੰ ਫਾਲੋ ਕਰਦੇ ਨੇ ਦਰਅਸਲ ਮੈਂ ਇਹਨਾਂ ਨੂੰ ਇਸ ਕਰਕੇ ਨਹੀਂ ਜਿਸ ਤਰ੍ਹਾਂ ਇਹਨਾਂ ਨੂੰ ਅਸਾਈ ਮਤ ਜਾਂ ਕੁਝ ਲੋਕ ਪਰਭਾਸ਼ਿਤ ਕਰਦੇ ਨੇ ਕਿ ਇਹ ਰਹਾਸਵਾਦੀ ਲੋਕ ਨੇ ਨਹੀਂ ਮੈਨੂੰ ਇੰਜ ਲੱਗਦਾ ਹੈ ਕਿ ਇਹ ਪਦਾਰਥਵਾਦ ਦੇ ਅਧੀਨ ਰਾਜਸੀ ਸ਼ਕਤੀ ਨੂੰ ਆਪਣੇ ਕਬਜ਼ੇ ਵਿੱਚ ਕਰਨ ਵਾਲੇ ਉਹ ਲੋਕ ਨੇ ਜਿਹੜੇ ਉਹਨਾਂ ਲੋਕਾਂ ਨੂੰ ਵਰਦੇ ਨੇ ਜਿਹੜੇ ਆਮ ਲੋਕਾਂ ਦੇ ਉੱਪਰ ਪ੍ਰਭਾਵ ਪਾ ਸਕਦੇ ਨੇ ਔਰ ਇਹਨਾਂ ਦਾ ਇੱਕ ਮੈਂ ਕਹਿ ਸਕਦਾ ਹਾਂ ਕਿ ਜੇ ਤੁਸੀਂ ਸੌਖੇ ਦੇ ਵਿੱਚ ਸਮਝਣਾ ਹੋਵੇ ਤਾਂ ਇਹ ਕਹਿੰਦੇ ਨੇ ਕਿ ਜਿਹੜੇ ਲੋਕ ਨੇ ਉਹ ਵਹਾਅ ਦੇ ਵਿੱਚ ਵਹਿੰਦੇ ਨੇ ਉਹ ਮਤਲਬ ਕਿ ਜਿੰਨੇ ਵੀ ਲੋਕ ਨੇ ਉਹ ਜਿਨੂੰ ਅਸੀਂ ਕਹਿੰਨੇ ਗੋ ਵਿਦ ਦਾ ਫਲੋ ਉਹ ਕਹਿੰਦੇ ਲੋਕ ਵਹਾਰ ਦੇ ਵਿੱਚ ਰਹਿੰਦੇ ਨੇ ਹੁਣ ਦੋ ਗੱਲਾਂ ਨੇ ਤੁਹਾਡੇ ਕੋਲ ਜਾਂ ਤਾਂ ਵਹਾਰ ਦੇ ਉਲਟ ਵਹਿਣ ਦੀ ਸਮਰੱਥਾ ਹੋਵੇ ਤੇ ਜਾਂ ਉਸ ਵਹਾਰ ਨੂੰ ਕਾਬੂ ਕਰਨ ਦੀ ਸਮਰੱਥਾ ਹੋਵੇ ਔਰ ਫਿਰ ਉਹਦੇ ਵਿੱਚ ਹੀ ਇਹਨਾਂ ਦੇ ਵੱਲੋਂ ਮਤਲਬ ਕਿ ਜਿਹੜੀਆਂ ਸਾਡੇ ਮਨਾਂ ਦੇ ਉੱਪਰ ਜਿੱਥੇ ਅਸੀਂ ਕਿਤੇ ਨਾ ਕਿਤੇ ਜਾ ਕੇ ਫਿਰ ਕਾਰਪੋਰੇਟ ਘਰਾਣਿਆਂ ਦੇ ਨਾਲ ਜੁੜਦੇ ਆ ਹੁਣ ਗੋ ਵਿਦ ਦਾ ਫਲੋ ਮੈਂ ਜੇ ਇੱਕ ਤੁਹਾਨੂੰ ਉਦਾਹਰਣ ਦੇਣੀ ਹੋਵੇ ਮੋਬਾਈਲ ਫੋਨ ਸਾਰਿਆਂ ਦੀ ਲੋੜ ਹੈ ਇਸ ਜਿਹੜਾ ਲੋੜ ਵੀ ਹੈ ਤੇ ਕੁਝ ਗੋ ਵਿਦ ਦਾ ਫਲੋ ਵੀ ਨੇ ਪਰ ਆਈਫੋਨ ਹੀ ਹੋਵੇ ਇਹ ਸਾਰਿਆਂ ਦੀ ਲੋੜ ਨਹੀਂ ਆ ਸੋ ਉਸ ਫਲੋ ਨੂੰ ਸੰਨਤ ਦੇ ਨਜ਼ਰੀਏ ਤੋਂ ਕਿਸ ਤਰ੍ਹਾਂ ਫਾਇਦੇਮੰਦੀ ਕਿਤਾ ਬਣਾਉਣਾ ਇੱਕ ਵੱਡੇ ਘਰਾਣੇ ਨੂੰ ਕਿਸ ਤਰ੍ਹਾਂ ਦੇ ਨਾਲ ਇਹਦਾ ਸਾਰਾ ਫਾਇਦਾ ਦੇਣਾ ਫਿਰ ਇਹ ਜਿਹੜੇ ਖਾਸ ਕਰਕੇ ਕੁਝ ਖਾਸ ਨਾਮ ਕੁਝ ਖਾਸ ਬ੍ਰਾਂਡ ਜਿਹੜੇ ਹੁੰਦੇ ਨੇ ਉਹ ਜਿਹੜੇ ਨੇ ਉਹ ਮਾਰਕੀਟ ਦੇ ਵਿੱਚ ਜਦੋਂ ਉਚਾਰੇ ਜਾਂਦੇ ਨੇ ਤੇ ਉਹਨਾਂ ਦੇ ਉਤਾਰਨ ਤੋਂ ਬਾਅਦ ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਜਾਂ ਉਹਨਾਂ ਦੇ ਗਲਾਂ ਦੇ ਵਿੱਚ ਉਹ ਕੱਪੜੇ ਜਿਹੜੇ ਅਸੀਂ ਜਾਂ ਆਮ ਲੋਕ ਮੱਧ ਵਰਗੀ ਲੋਕ ਫਿਰ ਉੱਥੋਂ ਤੱਕ ਪਹੁੰਚ ਕਰਦੇ ਨੇ ਉਹ ਸਾਰਾ ਕੰਮ ਇਸ ਸੰਨਤ ਨੂੰ ਪ੍ਰੋਮੋਟ ਕਰਨ ਵਾਸਤੇ ਹੁੰਦਾ ਤੇ ਆ ਜਾ ਕੇ ਜਿਹੜਾ ਪੈਸਾ ਹੈ ਉਹ ਆ ਜਾ ਕੇ ਫਿਰ ਇਹਨਾਂ ਦੇ ਹੱਥਾਂ ਦੇ ਘੁੰਮਦਾ ਹੈ ਹੁਣ ਇਹ ਕਹਿੰਦੇ ਨੇ ਕਿ ਜਿਹਨੂੰ ਕੰਜ਼ਿਊਮਰ ਸੁਸਾਇਟੀ ਅਸੀਂ ਕਹਿ ਦਿੰਨੇ ਕਿ ਖਪਤਕਾਰ ਲੋਕਾਂ ਦਾ ਸੰਗਠਿਤ ਢਾਂਚਾ ਖਪਤਕਾਰਾਂ ਦਾ ਢਾਂਚਾ ਉਹਦੇ ਵਿੱਚ ਕੀ ਹੈ ਕਿ ਇੱਕ ਬਹੁਤ ਅਮੀਰ ਸੰਤਕਾਰ ਹੈ ਉਹਦਾ ਅੱਗੇ ਇੱਕ ਮੈਨੇਜਰ ਹੈ ਉਹ ਉਹਨੂੰ ਚੰਗੀ ਤਨਖਾਹ ਦੇ ਰਿਹਾ ਮੈਨੇਜਰ ਉਹਦੇ ਪ੍ਰੋਡਕਟ ਵੇਚ ਰਿਹਾ ਜਿਹੜੇ ਪ੍ਰੋਡਕਟ ਮੈਨੇਜਰ ਵੇਚ ਰਿਹਾ ਉਹਦੀ ਉਹਨੂੰ ਤਨਖਾਹ ਮਿਲ ਰਹੀ ਹੈ ਉਹਦੇ ਵਿੱਚ ਦੇ ਵਿੱਚ ਤੇ ਮੈਨੇਜਰ ਫਿਰ ਕਿਤੇ ਨਾ ਕਿਤੇ ਉਸ ਤਨਖਾਹ ਦੇ ਵਿੱਚੋਂ ਫਿਰ ਕੋਈ ਚੀਜ਼ ਖਰੀਦ ਰਿਹਾ ਆਪਣੇ ਵਾਸਤੇ ਸੋ ਪੈਸੇ ਦਾ ਇੱਕ ਕਹਿ ਸਕਦੇ ਹੋ ਕਿ ਇੱਕ ਸਰਕਲ ਹੈ ਇੱਕ ਕਮਾ ਹੈ ਜਿਹੜਾ ਆ ਜਾ ਕੇ ਫਿਰ ਇਹਨਾਂ ਲੋਕਾਂ ਦੇ ਕੋਲ ਹੀ ਆ ਜਾਂਦਾ ਹੈ ਸੋ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਕਿ ਜਿੰਨਾ ਕਿ ਮੈਂ ਹੁਣ ਤੱਕ ਲਿਮਿਨੈਟੀ ਦੇ ਬਾਰੇ ਪੜਿਆ ਐ ਇਥੋਂ ਤੱਕ ਕਿ ਮੈਂ ਐਨਸਾਈਕਲੋਪੀਡੀਆ ਬ੍ਰਿਟੇਨਿਕਾ ਦੇ ਵਿੱਚ ਪੜ ਰਿਹਾ ਸੀ ਕਹਿੰਦੇ ਕਿ ਸੰਸਾਰ ਦੀਆਂ ਬਹੁਤ ਸਾਰੀਆਂ ਸਾਜ਼ਿਸ਼ਾਂ ਐਸੀਆਂ ਮੈਨੇ ਜਿਨ੍ਹਾਂ ਦੇ ਪਿੱਛੇ ਇਹ ਹੈ ਨਹੀਂ ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਚਾਰਿਤ ਜਾਂ ਪ੍ਰਸਾਰਿਤ ਕਰ ਦਿੱਤਾ ਜਾਂਦਾ ਕਿ ਇਹਦੇ ਪਿੱਛੇ ਵੀ ਇਹ ਸਭ ਕੁਝ ਹੋ ਸਕਦਾ ਹੈ ਪਰ ਇਹ ਨਾ ਜ਼ਰੂਰ ਹੈ ਕਿ ਇਹ ਇੱਕ ਐਸਾ ਕਹਿ ਸਕਦੇ ਹੋ ਕਿ ਇੱਕ ਸੋਸਾਇਟੀ ਹੈ ਇੱਕ ਸੰਸਥਾ ਹੈ ਜਿਹਦਾ ਕੰਮ ਹੈ ਕਿ ਜਿੰਨੇ ਵੀ ਸੰਸਾਰ ਦੇ ਆਰਥਿਕ ਸਰੋਤ ਨੇ ਉਹਨਾਂ ਦੇ ਉੱਪਰ ਕਾਬਜ਼ ਹੋਣਾ ਹੁਣ ਕੋਈ ਸਮਾਂ ਸੀ ਜਦੋਂ ਇਹਨਾਂ ਨੇ ਹਥਿਆਰਾਂ ਦੇ ਵਿੱਚੋਂ ਬਹੁਤ ਕਮਾਈ ਕੀਤੀ ਉਸ ਤੋਂ ਬਾਅਦ ਦਵਾਈਆਂ ਦੇ ਵਿੱਚੋਂ ਹੁਣ ਅਨਾਜ ਦੇ ਖੇਤਰ ਦੇ ਵਿੱਚ ਜਿਸ ਤਰ੍ਹਾਂ ਜਦੋਂ ਅਸੀਂ ਪੰਜਾਬ ਦੇ ਵਿੱਚ ਆ ਰਹੇ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਇਹਨਾਂ ਕਿ ਜਿਹੜੇ ਸੰਨਤਕਾਰੀ ਘਰਾਣੇ ਨੇ ਉਹ ਖੇਤੀ ਦੇ ਉੱਪਰ ਕਾਬਸ ਹੋ ਰਹੇ ਨੇ ਔਰ ਇਹਨਾਂ ਦਾ ਇਹੀ ਨਿਸ਼ਾਨਾ ਹੈ ਕਿ ਹਰ ਜਿਹੜਾ ਵਪਾਰਕ ਸਾਧਨ ਹੈ ਉਹ ਤੁਹਾਡੇ ਅਧੀਨ ਚਾਹੀਦਾ ਔਰ ਫਿਰ ਦੂਸਰੀ ਗੱਲ ਕਹਿੰਦੇ ਨੇ ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਕੁਝ ਤੇਜ ਦਿਮਾਗ ਲੋਕ ਜਿਹਨਾਂ ਨੇ ਚੁਣੇ ਹੋਏ ਲੋਕ ਕਹਿੰਦੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਇਹ ਇਨਲਾਈਟਰ ਨੇ ਇਹ ਪ੍ਰਕਾਸ਼ਮਾਨ ਹੋ ਚੁੱਕੇ ਨੇ ਜਿਆਦਾ ਦਿਮਾਗੀ ਲੋਕ ਉਹ ਜਿਹੜੇ ਨੇ ਉਹ ਹੀ ਚੰਗੇ ਵਪਾਰ ਨੂੰ ਕਰਨ ਦੀ ਸਮਰੱਥਾ ਰੱਖਦੇ ਨੇ ਉਹ ਹੀ ਕਰ ਸਕਦੇ ਨੇ ਤੇ ਬਾਕੀ ਲੋਕਾਂ ਨੂੰ ਉਹਦੇ ਜਿਹੜਾ ਅਧੀਨ ਚੱਲਣਾ ਪਵੇਗਾ ਜਿਹੜਾ ਹੁਣ ਕਿੰਗ ਐਮ ਸ਼ੀਅਰਸਨ ਦੀ ਕਿਤਾਬ ਸੀਗੀ ਆਪਣਾ ਰੌਫ ਚਾਈਲਡ ਪਲੈਨਟ ਜੀ ਦਾ ਪੰਜਾਬੀ ਅਨੁਵਾਦ ਡਾਕਟਰ ਦਿਲਜੀਤ ਸਿੰਘ ਉਹਨਾਂ ਨੇ ਕੀਤਾ ਹੈ ਜੋ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਆਉਂਦੀਆਂ ਨੇ ਜਿਦੇ ਵਿੱਚ ਤੁਹਾਨੂੰ ਸਾਰਾ ਜਿਹੜਾ ਇਹਨਾਂ ਨੂੰ ਪੜ੍ਹ ਕੇ ਸਮਝਣ ਦਾ ਮੌਕਾ ਮਿਲੇਗਾ ਔਰ ਇਹਦੇ ਵਿੱਚ ਜਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਇਹ ਕੋਈ ਕਾਲਾ ਜਾਦੂ ਇਹ ਕੋਈ ਰਹੱਸਮਈ ਸ਼ਕਤੀ ਇਹ ਬਿਲਕੁਲ ਨਹੀਂ ਹੈ ਦਰਅਸਲ ਇਹਨਾਂ ਦੀ ਇੱਕ ਸਿੱਧੀ ਜੀ ਸੋਚ ਹੈ ਉਹ ਚਾਹੇ ਤੁਸੀਂ ਇਹ ਜਿਹੜੇ ਰੌਥ ਚਾਈਲਡ ਲੈ ਲੋ ਚਾਹੇ ਇਹ ਰੌਥ ਚਾਈਲਡ ਕਰਾਣਾ ਲੈ ਰਹੋ ਰਾਕਫੈਲਰ ਲੈ ਲਓ ਇਹ ਬਾਅਰਸ ਲੈ ਲਓ ਜਿੰਨੇ ਵੀ ਤੁਸੀਂ ਇਹ ਵੱਡੇ ਵਪਾਰਕ ਕਰਾਣੇ ਲੈ ਲੋਗੇ ਚਾਹੇ ਆਪਣੇ ਹਿੰਦੁਸਤਾਨ ਦੇ ਤੁਸੀਂ ਅਬਾਨੀ ਅਦਾਨੀ ਲੈ ਲੋ ਜਾਂ ਤੁਸੀਂ ਇੱਕ ਹੋਰ ਗੱਲ ਹੀ ਵੇਖ ਲਓ ਕਿ ਜਿਹੜੇ ਧਰਮ ਦੇ ਸੰਗਠਿਤ ਢਾਂਚੇ ਦੇ ਨਾਮ ਅਧੀਨ ਧਰਮ ਦੀ ਅਧਿਆਤਮਿਕਤਾ ਤੋਂ ਬਾਹਰ ਸੰਤਕਾਰੇ ਦੀ ਗੱਲ ਕਰਨਗੇ ਜਿਹ ਹਿੰਦੁਸਤਾਨ ਦੇ ਵਿੱਚ ਵੇਖ ਲਈਏ ਬਾਬਾ ਰਾਮਦੇਵ ਉਹ ਆ ਜਾ ਕੇ ਇੱਕ ਸੰਤਕਾਰ ਹੈ ਪਰ ਉਹਦਾ ਪ੍ਰਭਾਵ ਕੀ ਦਿੱਤਾ ਜਾਂਦਾ ਹੈ ਕਿ ਅਧਿਆਤਮਵਾਦ ਨਹੀਂ ਉਹ ਅਧਿਆਤਮਵਾਦ ਨਹੀਂ ਹੈ ਉਹ ਸੰਨਤਕਾਰ ਹੈ ਤੇ ਉਹ ਸੰਨਤਕਾਰੀ ਨੂੰ ਹੀ ਪ੍ਰਮੋਟ ਕਰ ਰਿਹਾ ਸੋ ਉਹ ਜੇ ਲੋਕ ਇਸ ਸੰਨਤਕਾਰੀ ਢਾਂਚੇ ਦੇ ਵਿੱਚ ਫਿੱਟ ਬੈਂਦੇ ਨੇ ਤੇ ਜਿਹੜੇ ਆਮ ਗਰੀਬ ਨੇ ਉਹ ਪਿਸਦੇ ਜਾਂਦੇ ਨੇ ਸੋ ਇਹ ਕਹਿੰਦੇ ਨੇ ਕਿ ਸੁਸਾਇਟੀ ਇੰਜ ਹੀ ਹੋ ਸਕਦੀ ਹੈ ਕਿ ਇੱਕ ਬਹੁਤ ਦਿਮਾਗਾਂ ਵਾਲੇ ਲੋਕ ਜਿਹੜੇ ਨੇ ਆਰਥਿਕ ਸਰੋਤਾਂ ਦੇ ਉੱਪਰ ਕਾਬਜ ਹੋ ਜਾਣ ਤੇ ਜਿੰਨੀਆਂ ਵੀ ਦੁਨੀਆ ਦੀਆਂ ਬਾਕੀ ਸ਼ਕਤੀਆਂ ਨੇ ਚਾਹੇ ਉਹ ਰਾਜਨੀਤੀ ਹੈ ਚਾਹੇ ਉਹ ਜੁਡੀਸ਼ਰੀ ਹੈ ਚਾਹੇ ਉਹ ਮੀਡੀਆ ਹੈ ਚਾਹੇ ਉਹ ਫਿਲਮ ਸੈਕਸ਼ਨ ਹੈ ਚਾਹੇ ਉਹ ਸੈਲੀਬ੍ਰਿਟੀ ਨੇ ਉਹ ਉਸ ਸੰਨਤਕਾਰੀ ਦੀ ਮਾਇਆ ਦੇ ਪ੍ਰਭਾਵ ਅਧੀਨ ਹੋਣ ਤੇ ਉਸ ਤੋਂ ਫਿਰ ਅੱਗੇ ਮਜ਼ਦੂਰ ਕਲਾਸ ਜਿਹੜੀ ਬਸ ਉਹਨਾਂ ਲੋਕਾਂ ਦੀ ਸੇਵਾ ਕਰੇ ਸੋ ਬੇਸ਼ੱਕ ਇਹ ਜੋ ਕਹਿੰਦੇ ਨੇ ਇਹ ਤਾਂ ਕਹਿੰਦੇ ਨੇ ਕਿ ਅਸੀਂ ਇੱਕ ਐਸਾ ਸਮਾਜ ਸਿਰਜਣਾ ਚਾਹੁੰਦੇ ਆ ਜਿੱਦੇ ਵਿੱਚ ਕੌਮਿਆਂ ਦੇ ਸੰਗਠਣਾਂ ਚੇ ਦੀ ਕੋਈ ਹੱਦ ਬੰਨੇ ਨਾ ਹੋਣ ਤੇ ਸਾਰੇ ਲੋਕਾਂ ਨੂੰ ਧਰਮ ਨਿਰਪੱਖਤਾ ਦੇ ਨਾਲ ਜਿਹੜਾ ਸਨਤਕਾਰੀ ਜਾਂ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਾਰੋਬਾਰ ਦੇ ਵਿੱਚ ਰੁਜ਼ਗਾਰ ਦਿੱਤਾ ਜਾ ਸਕੇ ਪਰ ਅਸਲ ਵੀ ਇੱਚ ਇੰਜ ਨਹੀਂ ਹੈ ਇਹਦੇ ਵਿੱਚ ਹੈ ਕਿ ਕੁਝ ਘਰਾਣਿਆਂ ਨੇ ਆਰਥਿਕ ਸਰੋਤਾਂ ਦੇ ਉੱਪਰ ਕਾਬਜ ਹੋ ਕੇ ਰਾਜਨੀਤਿਕ ਸੱਤਾ ਨੂੰ ਆਪਣੇ ਅਧੀਨ ਕਰਕੇ ਦੁਨੀਆ ਦੇ ਉੱਪਰ ਰਾਜ ਕਿਵੇਂ ਕਰਨਾ ਸੋ ਆ ਜਾ ਕੇ ਇਹ ਸਾਰਾ ਇਹਨਾਂ ਦਾ ਨਿਸ਼ਾਨਾ ਹੈ ਫਿਰ ਵੀ ਇਹਨਾਂ ਦੇ ਉੱਪਰ ਬਹੁਤ ਸਾਰੀਆਂ ਕਿਤਾਬਾਂ ਨੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਹੈ ਕਿ ਜ਼ਰੂਰ ਤੁਹਾਨੂੰ ਸਭ ਨੂੰ ਪੜ੍ਹਨਾ ਚਾਹੀਦਾ ਹੈ ਇਹਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬਾਕੀ ਧਰਮ ਮੈਂ ਹੈਰਾਨ ਸੀਗਾ ਕਿ ਜਦੋਂ ਮੈਂ ਨਵੰਦੀਤ ਚਤੁਰਵੇਦੀ ਦੀ ਕਿਤਾਬ ਪੜ੍ਹੀ ਜਦੋਂ ਮੈਂ ਨਵੰਦੀਤ ਚੱਤਰਵੇਦੀ ਦੀ ਕਿਤਾਬ ਪੜ੍ਹੀ ਤਾਂ ਉਹਦੇ ਵਿੱਚ ਜਦੋਂ ਜੀਓਪੋਲਿਟਿਕਸ ਦੀ ਗੱਲ ਕਰਦਾ ਹੈ ਨਾ ਤਾਂ ਇੱਕ ਗੱਲ ਕਰਦਾ ਹੈ ਕਹਿੰਦਾ ਹੈ ਕਿ ਇਸਲਾਮ ਦੇ ਧਾਰਨੀ ਲੋਕ ਲਿਮਿਨਾਰਟੀ ਨੂੰ ਜਾਦਾ ਵਧੀਆ ਤਰੀਕੇ ਨਾਲ ਸਮਝਦੇ ਨੇ ਉਹ ਕਿਉਂ ਜ਼ਿਆਦਾ ਵਧੀਆ ਤਰੀਕੇ ਨਾਲ ਸਮਝਦੇ ਨੇ ਕਿਉਂਕਿ ਉਹਨਾਂ ਦੇ ਸਰੋਤਾਂ ਦੇ ਵਿੱਚ ਜਿਹੜਾ ਦਜਾਲ ਦਜਾਲ ਦੇ ਬਾਰੇ ਜੋ ਕੁਝ ਵੀ ਹੈ ਵੀ ਉਹਦੇ ਕਹਿ ਸਕਦੇ ਹੋ ਕਿ ਉਹਦੀ ਉਹ ਉਹਦੇ ਚਿੰਨ੍ਹ ਤੇ ਲੱਛਣ ਕੀ ਨੇ ਉਹ ਸਾਰੇ ਪਦਾਰਥਵਾਦ ਦੇ ਰੂਪ ਦੇ ਵਿੱਚ ਆ ਜਾਂਦੇ ਨੇ ਇਸ ਕਰਕੇ ਜਦੋਂ ਉਹ ਅੱਜ ਦੇ ਸਮੇਂ ਦੇ ਵਿੱਚ ਇੰਨਾ ਕਾਰਪੋਰੇਟ ਘਰਾਣਿਆਂ ਨੂੰ ਆਰਥਿਕ ਸੱਤਾ ਦੇ ਉੱਪਰ ਕਾਬਜ ਹੋ ਕੇ ਪਦਾਰਥਵਾਦ ਦੀ ਚੱਕਾ ਚੌਂਦ ਵਿਖਾਉਂਦਿਆਂ ਹੋਇਆਂ ਵੇਖਦੇ ਨੇ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਗੱਲ ਝਟ ਆ ਜਾਂਦੀ ਹੈ ਕਿ ਇਹ ਤਾਂ ਸਾਰਾ ਜਿਹੜਾ ਦਜਾਲ ਦੀ ਆਮਦ ਦੀ ਪ੍ਰਵਿਰਤੀ ਹੈ ਜਾਂ ਉਹੀ ਵਰਤਾਰਾ ਹੈ ਸੋ ਇਸ ਕਰਕੇ ਸਾਨੂੰ ਵੀ ਮੇਰੇ ਖਿਆਲ ਦੇ ਨਾਲ ਇਸ ਪਾਸੇ ਜਾਗਰੂਕ ਹੋਣ ਦੀ ਬਹੁਤ ਲੋੜ ਹੈ ਕਿ ਉਹ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਆਮ ਲੋਕਾਂ ਦੇ ਸਰੋਤਾਂ ਦੇ ਉੱਪਰ ਕੁਦਰਤੀ ਸਾਧਨਾਂ ਦੇ ਉੱਪਰ ਸਾਰੇ ਸਿਸਟਮ ਦੇ ਉੱਪਰ ਕਾਬਜ ਹੋਣੀਆਂ ਚਾਹੁੰਦੀਆਂ ਨੇ ਤੇ ਅਸੀਂ ਜਿਹੜੇ ਲੋਕ ਪਿਤਰੀ ਖਿੱਤਿਆਂ ਦੇ ਨਾਲ ਜੁੜੇ ਹੋਏ ਨੇ ਅਸੀਂ ਆਪਣਾ ਕਹਿ ਸਕਦੇ ਹੋ ਕਿ ਸਰਵਾਈਵਲ ਜਾਂ ਸਾਡੀ ਜੀਵਨ ਜਾਂਚ ਜਾਂ ਅਸੀਂ ਸਾਡੀ ਜ਼ਿੰਦਗੀ ਕਿਵੇਂ ਦੀ ਹੋਵੇ ਕਿ ਅਸੀਂ ਵੀ ਆਪਣੇ ਖਿੱਤਿਆਂ ਦੇ ਵਿੱਚ ਆਜ਼ਾਦੀ ਦਾ ਜੀਵਨ ਜਿਹੜਾ ਉਹ ਜੀ ਸਕੀਏ ਸੋ ਇਨਯਕ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਪਿਆਰ ਸਹਿਤ ਆਖਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ